ਸਮਾਂ ਨੂੰ ਪ੍ਰਵਾਨ ਕਰੇ। ਤੋ ਮੇਰੇ ਪਠਾਨ ਭਾਈਓ, ਮੈਂ ਆਪਸੇ ਪਸ਼ਤੋ ਮੇਂ ਬਾਤ ਕਰਨੇ ਲਗਾ ਥਾ, ਲੇਕਿਨ ਮੁਝੇ ਆਗੇ ਨਹੀਂ ਆਤੀ। ਦੇਖੇ, ਜੈਸੇ ਮੈਨੇ ਪਹਿਲੇ ਕਹਾ ਥਾ ਕਿ ਅੱਲਾ ਨੇ ਦੋ ਕੋ ਮੇਂ ਪੈਦਾ ਕੀ ਹੈ, ਇੱਕ ਇਨਸਾਨ, ਦੂਸਰਾ ਪਠਾਨ। ਯੇ ਮੈਂ ਇਸ ਲਈ ਕਹਿ ਰਹਾ ਹੂੰ ਕਿ ਯੇ ਮੈਂ ਮੋਦੀ ਕੋ ਪੈਗਾਮ ਦੇ ਰਹਾ ਹੂੰ ਕਿ ਮੋਦੀ, ਇਸ ਕੌਮ ਸੇ ਤੁਮ ਪਤਾ ਮਤ ਲੈਣਾ, ਵਰਨਾ ਮੋਦੀ ਤੁਮੇ ਯਕੀਨ ਕਰੋ ਇਤਨਾ ਮਾਰੇਂਗੇ, ਇਤਨਾ ਜੈਸੇ ਚੂਈ ਕੋਈ ਚੂਈ ਕੋ ਮਸਲ ਦੇ, ਐਸੇ ਤੁਮੇ ਮਸਲੇਂਗੇ। ਉੱਪਰ ਅੱਲਾ, ਨੀਚੇ ਬੁੱਲਾ, ਨਵਾਜ਼ ਸ਼ਰੀਫ ਚਲਾ। ਮਾਮੂ ਸ਼ਰਫ ਸਾਹਿਬ ਵੀ ਸੁਣਨਾ ਹੈ, ਗਮੋਗੇ ਨਹੀਂ? ਪਾਕਿਸਤਾਨ ਇੱਕ ਜਮਹੂਰੀ ਨਿਜ਼ਾਮ ਹੈ, ਯੇ ਜੋ ਪਾਕਿਸਤਾਨ ਮੇਂ ਰਿਲੀਜੀਅਸ ਔਰ ਦੂਸਰੇ ਥ੍ਰੈਟਸ ਹੋ ਰਹੇ, ਇਨਕਾ ਹੱਲ ਸਿਰਫ ਮੁਸ਼ਰਫ ਹੈ। ਮੈਂ ਮੁਸ਼ਰਫ ਹੂੰ, ਕੋਈ ਸ਼ਰਫ ਨਹੀਂ। ਦੇਖੀ ਜੀ, ਮੇਰਾ ਇਹ ਨਾਰਾ ਕਿ ਸਭ ਸੇ ਪਹਿਲੇ ਪਾਕਿਸਤਾਨ, ਫਿਰ ਦੂਸਰੀ ਚੀਜ਼ ਹੈ। ਕਾਦਰੀ ਸਾਹਿਬ, ਨਿਜ਼ਾਮ ਯਹਾਂ ਪੀਲਮ ਵਾਲੇ ਬੈਠੇ, ਯੇ ਲਾਖੋਂ ਕਾ ਮਜਮਾ, ਤੂੰ ਤਾਂ ਨਾ ਹੈ, ਯੇ ਲਾਖੋਂ ਕਾ ਮਜਮਾ, ਯੇ ਕਰੋੜੋਂ ਕੀ ਅਵਾਮ, ਚਲੋ ਭਾਗਿਓ, ਰੋਜ਼ ਮਹਿਸ਼ਰ ਹਿਸਾਬ ਹੋਸਨ, ਸੋਹਣੇ ਚਿਹਰੇ ਖਰਾਬ ਹੋਸਨ, ਬੇਵਕਾਵਾਂ ਦੀ ਮੰਡੀ ਲੱਗਸੀ, ਪੈਰੀ ਸਭ ਕੁਝ ਜਨਾਬ ਹੋਸਨ। ਆਪਕੋ ਬੁਲਾਇਆ ਹੈ ਪਠਾਨੋਂ ਕੋ, ਜਰਾ ਪਸ਼ਤੋ ਬੋਲਨੇ ਪੜੇ ਜੀ, ਉਸ ਤੋਂ ਸਮਝ ਨਹੀਂ ਆਤੀ। ਬਿਲਾਵਲ, ਸ਼ੇਰ ਕਾ ਸ਼ਿਕਾਰ ਕਰਨਾ ਹੈ, ਮੇਰੇ ਬਾਬਾ ਕਾ ਨਾਮ, ਕਲ ਵੀ ਬੱਚੋ ਜਿੰਦਾ ਥਾ, ਆਜ ਵੀ ਬੱਚੋ ਜਿੰਦਾ ਹੈ, ਅਨੇ ਸ਼ੇਰ ਰਸ਼ੀਦ ਸਾਹਿਬ ਕੋ ਪੈਗਾਮ ਦੇਣਾ ਚਾਹਤਾ ਹੂੰ ਕਿ ਸ਼ੇਰ ਰਸ਼ੀਦ ਪਿੰਡੀ ਕਾ ਸ਼ੈਤਾਨ ਹੈ। ਦੇਖੇ ਖੁਦਾ ਰਾ, ਤੂੰ ਤਮੀਜ਼ ਕਰੇ, ਕੋਈ ਹੋਸ਼ ਕਰੇ, ਫਜ਼ੂਲ ਬਾਤ ਨਾ ਕਰੇ, ਦਰੁਸਤ ਬਾਤ ਕੀਆ ਕਰੇ। ਦੇਖੇ ਮੀਆਂ ਸਾਹਿਬ ਕੇ ਬਾਰੇ ਮੈਂ ਆਪ ਕਹਤੀ ਕਿ ਮੀਆਂ ਸਾਹਿਬ ਉਸਨੇ ਹਮੇਸ਼ਾ ਬੜੀ ਅਮੀਰ ਕਬੀਰ ਜ਼ਿੰਦਗੀ ਗੁਜ਼ਾਰੀ ਹੈ, ਲੇਕਿਨ ਅੱਜ ਕੱਲ੍ਹ ਜੈਲ ਮੈਂ ਉਹ ਕੱਚੂ ਤੂੰ ਗੁਜ਼ਾਰ ਰਿਹਾ ਹੈ, ਉਸ ਯਕੀਨ ਕਰੇ ਇਤਨੇ ਕੱਚੂ ਤੂੰਮੇ ਕਾਟ ਕੇ ਕਿ ਪੂਰੀ ਪਾਰਟੀ ਦੇ ਫੋੜੇ ਨਿਕਲ ਗਏ। ਖਵਾਜਾ ਆਸਿਫ ਸਾਹਿਬ, ਉਹ ਮੋਟੂ ਹੈ, ਤੂੰ ਐਸੇ ਛੋਟੀ ਹੈ, ਤੂੰ ਗ੍ਰੇਸ਼ ਹੋਤੀ ਹੈ, ਤੂੰ ਸ਼ਰਮ ਹੋਤੀ ਹੈ, ਕੋਈ ਹਯਾ ਹੋਤੀ ਹੈ, ਉਹ ਸ਼ਰਮ ਨਹੀਂ ਕਰਦੇ ਜਨਾਬ ਜੋ ਹੈ, ਇਹਨੂੰ ਸ਼ਰਮ ਨਹੀਂ ਆਉਂਦੀ। ਪਠਾਨ ਭਾਈ, ਤਾਲੀਆਂ ਦਾ ਮਾਰੋ, ਸੁਣਦੇ ਹੋ? ਮੌਲਾਨਾ ਫਜ਼ਲ ਰਹਿਮਾਨ ਸਾਹਿਬ, ਦੇਖੇ ਜੀ, ਮੈਂ ਦੇਖੇ ਮੁਝੇ ਜ਼ਿੰਦਗੀ ਮੇਂ ਦੋ ਚੀਜ਼ੋਂ ਸੇ ਪਿਆਰ ਹੈ ਜੀ, ਏਕ ਲਾਲ ਹਵੇਲੀ ਔਰ ਦੂਸਰਾ ਹੈ ਆਪਣਾ ਜਾਨੀ ਬਿਲਾਵਲ। ਬਿਲਾਵਲ ਛੋੜੋ ਸਾਰੀ ਆਈਟਮੇ, ਆ ਚਲੋ ਬਾਗ ਚਲਤੇ ਹੈ। ਮੈਂ ਜੋ ਕਹਿ ਰਹਾ ਸਵਿਟਜ਼ਰਲੈਂਡ ਜਾਤੇ ਹੈ, ਤਸਵੀਰਾਂ ਚ ਸਵੇਰ ਬਣਾਤੇ ਹੈ, ਔਰ ਦੇਖੋ ਮੈਨੇ ਆਜ ਤੱਕ ਸ਼ਾਦੀ ਨਹੀਂ ਕੀ, ਕਿਉਂ ਨਹੀਂ ਕੀ, ਮੈਂ ਜਾਣਦਾ ਜਾਂ ਬੁਲਾ ਜਾਣਦਾ।
भाग्या क्या भाग्या मैं इंशाल्लाह अगर मैंने पंजाब में दोबारा इलेक्शन लड़ जाता मेरा नाम शिवाज तकरीबन 70,000 करोड़ साल पहले ऑस्ट्रेलिया का एक शहर जिसका नाम था पिंडी, पिंडी का एक इलाका जिसका नाम था वाशिंगटन, वहां एक शख्स रहता था। वहां वो शख्स उसके 8 नाक थे, 4 आंखें थी, 10 कान थे। उसने अपने आप को धूप लगवाई, धूप लगवाई, धूप लगवाई और वह शख्स आस्ता आस्ता उमर अकबर बन गया। तब अचक बोलता यार है शख्स, मैं क्या चाहता हूं, मेरा बात चार बार क्या बाबू, मैं सकूल चाहता हूं, मेरी टीचर बाकी शक्ति मेरी चेड़ है चोर चोर नाना पाटीकर बहुत अच्छा भैया, सारा कि अच्छा इंसान को इतना बना देता है। अच्छा उसके नाम मुझे सनी देवल। बाप जी आप जानना चाहते हैं ये डाय किला कहा किसी पे पड़ता है, बहुत तो नहीं और ज्यादा है, और ज्यादा है। अब जरदारी साहब नवाज शरीफ साहब विधवा का शरार को शरार करते इनका जवाब है मेरा बच्चा बिल्लू। नवाज शरीफ साहब मेरी अभी सुमन लो भाई, क्यों ले तो ना मुझे, क्यों ले तो ना भाई, भाई मैं आप बताएं भाई एक्टर बाप किसने बनाया, किसने डॉक्टर अब्दुल कदीर खान ने बनाया भाई, मैं अपने थोड़ी कह रहा हूं भाई। अब उसके नाम नवाज शरीफ साहब मेरे पाकिस्तानियों Thank you.